ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਇੱਕ ਕੁੜੀ ਅਤੇ ਉਸਦੇ ਭਾਣਜੇ ਲਈ ਭਾਰੀ ਪੈ ਗਈ। ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਮਹਿਲਾ ਸਵਾਰੀਆਂ ਨੂੰ ਵੇਖ ਕੇ ਬੱਸ ਰੋਕਣ ਦੀ ਬਜਾਏ ਭਜਾ ਲਈ। ਬੱਸ 'ਚ ਸਫ਼ਰ ਕਰ ਰਹੀ ਲੜਕੀ ਦਾ ਪਰਿਵਾਰ ਪਿੱਛੇ ਰਹਿ ਗਿਆ, ਇਸ ਲਈ ਇਹ 18 ਸਾਲ ਦੀ ਲੜਕੀ ਨੇ ਆਪਣੇ ਮਾਸੂਮ ਭਾਣਜੇ ਦੇ ਨਾਲ ਚੱਲਦੀ ਬੱਸ ਦੇ ਵਿੱਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਦੋਵੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਰਾਹਗੀਰਾਂ ਨੇ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜ਼ਖਮੀਆਂ ਦੀ ਪਹਿਚਾਣ ਆਰਤੀ, ਜਿਸ ਦੀ ਉਮਰ 18 ਸਾਲ ਦੀ ਹੈ, ਤੇ ਰਾਜਵੀਰ, ਜਿਸ ਦੀ ਉਮਰ ਮਹਿਜ਼ 3 ਸਾਲ ਦੀ ਹੈ, ਜੋ ਗਿਆਸਪੁਰਾ ਲੁਧਿਆਣਾ ਦੇ ਵਾਸੀ ਨੇ। ਹਾਲਾਂਕਿ ਆਰਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ। ਮੂਲ ਰੂਪ ਦੇ ਵਿੱਚ ਬਿਹਾਰ ਦੀ ਰਹਿਣ ਵਾਲੀ ਕੁੰਤੀ ਦੇਵੀ ਨੇ ਦੱਸਿਆ ਕਿ ਉਹ ਪੰਜਾਬ ਦੇ ਲੁਧਿਆਣਾ ਦੇ ਗਿਆਸਪੁਰ 'ਚ ਰਹਿੰਦੇ ਨੇ। ਉਹ ਆਪਣੀਆਂ ਦੋ ਧੀਆਂ ਅਤੇ ਦੋਹਤੇ ਦੇ ਨਾਲ ਸਮਰਾਲਾ ਰੋਡ ਖੰਨਾ ਵਿਖੇ ਸਥਿਤ ਖਾਟੂ ਸ਼ਾਮ ਧਾਮ ਵਿਖੇ ਆਏ ਸੀ। ਇਸ ਤੋਂ ਬਾਅਦ ਉਹ ਲੁਧਿਆਣਾ ਜਾਣ ਵਾਲੀ ਸਰਕਾਰੀ ਬੱਸ ਫੜਨ ਲਈ ਖੰਨਾ ਬੱਸ ਸਟੈਂਡ ਪਹੁੰਚੇ। ਜਦੋਂ ਰੋਡਵੇਜ਼ ਦੀ ਬੱਸ ਉੱਥੇ ਪਹੁੰਚੀ ਤਾਂ ਉਸਦੀ ਛੋਟੀ ਬੇਟੀ ਆਰਤੀ ਆਪਣੇ ਭਾਣਜੇ ਰਾਜਵੀਰ ਨਾਲ ਬੱਸ ਦੇ ਵਿੱਚ ਸਵਾਰ ਹੋ ਗਈ। ਇਸ ਦੌਰਾਨ ਡਰਾਈਵਰ ਨੇ ਬੱਸ ਭਜਾ ਲਈ ਅਤੇ ਉਹ ਪਿੱਛੋਂ ਆਵਾਜ਼ਾਂ ਮਾਰਦੇ ਹੀ ਰਹਿ ਗਏ। ਬੱਸ ਦੇ ਵਿੱਚ ਸਫ਼ਰ ਕਰ ਰਹੀ ਆਰਤੀ ਨੇ ਵੀ ਬੱਸ ਰੋਕਣ ਲਈ ਰੋਲਾ ਪਾਇਆ, ਪਰ ਬੱਸ ਨਹੀਂ ਰੁਕੀ, ਕਿਉਂਕਿ ਆਰਤੀ ਕੋਲ ਹੀ ਬੈਗ ਸੀ। ਬੈਗ ਦੇ ਵਿੱਚ ਪੈਸੇ ਸਨ ਅਤੇ ਮੋਬਾਈਲ ਸਨ, ਜਿਸ ਕਾਰਨ ਆਰਤੀ ਨੇ ਆਪਣੇ ਭਾਣਜੇ ਅਤੇ ਬੈਗ ਸਮੇਤ ਚੱਲਦੀ ਬੱਸ ਦੇ ਵਿੱਚੋਂ ਛਾਲ ਮਾਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਕੁੜੀ ਦੇ ਛਾਲ ਮਾਰਨ ਤੋਂ ਬਾਅਦ ਵੀ ਡਰਾਈਵਰ ਅਤੇ ਕੰਡਕਟਰ ਨੇ ਬੱਸ ਨਹੀਂ ਰੋਕੀ ਅਤੇ ਭੱਜ ਗਏ। ਰਾਹਗੀਰਾਂ ਨੇ ਜ਼ਖਮੀ ਆਰਤੀ ਅਤੇ ਮਾਸੂਮ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ। ਬਾਤ ਇਹ ਹੋਈ ਕਿ ਹਮ ਲੋਕ ਗਏ ਥੇ ਖਾਟੂ ਸ਼ਾਮ ਘੁੰਮਨੇ, ਤੋ ਆਪਸੀ ਮੇਂ ਬੱਸ ਵਾਲੇ ਕੇ ਉੱਪਰ ਇਹ ਲੜਕੀ ਚੜ ਗਈ ਬੱਸ ਪੇ, ਔਰ ਹਮ ਲੋਕ ਰਹਿ ਗਏ ਨੀਚੇ। ਸਾਰਾ ਸਮਾਨ ਇਸੀ ਕੇ ਸਾਥ ਥਾ, ਪੈਸੇ, ਪਰਸ, ਸਭ, ਮੋਬਾਈਲ ਉਬਾਈਲ, ਸਭ ਕੁਛ। ਹਮ ਲੋਕ ਨੀਚੇ ਰਹਿ ਗਏ, ਬਸ ਇੱਕ ਭਾਂਜਾ ਕੇ ਲੈ ਕੇ ਚੜ ਗਈ ਇਸਨੇ, ਤੋ ਇਸਨੇ ਆਵਾਜ਼ ਲਗਾਈ ਬੱਸ ਵਾਲੇ ਕੋ, ਜੋ ਰੁਕ ਦੀਜੀਏ ਵੀਰੇ, ਹਮਨੇ ਉਤਰਨਾ ਹੈ, ਕਿਉਂਕਿ ਮੇਰੀ ਮੰਮੀ ਔਰ ਸਿਸਟਰ ਰਹਿ ਗਏ ਹੈ, ਸਾਰਾ ਸਮਾਨ ਹਮਾਰੇ ਪਾਸ ਹੀ ਹੈ, ਪੈਸੇ ਵਗੈਰਾ, ਤੋ ਰੋਕੇ ਨਹੀਂ। ਫਿਰ ਇਸਨੇ ਡਰ ਕੋ ਛਲਾਂਗ ਮਾਰ ਦੀ ਕਿ ਮੇਰੀ ਮੰਮੀ ਔਰ ਮੇਰੇ ਸਿਸਟਰ ਆਏਗੀ ਕੈਸੇ, ਸਾਰਾ ਪੈਸੇ ਪੁਸੇ ਤੋ ਮੇਰੇ ਪਾਸ ਹੀ ਹੈ, ਤੋ ਫਿਰ ਇਹ ਉਸਨੇ ਨਹੀਂ ਰੋਕਾ, ਇਸਨੇ ਛਲਾਂਗ ਮਾਰ ਦੀ, ਤੋ ਜੋ ਬੱਸ ਵਾਲੇ ਰੋਕਾ ਵੀ ਨਹੀਂ, ਫਿਰ ਵੀ ਚਲਾਤੀ ਰਹੀ, ਫਿਰ ਵੀ ਉਸਨੇ ਚਲਾ ਗਿਆ ਬੱਸ ਵਾਲੇ ਕੇ, ਤੋ ਵਹਾਂ ਪੇ ਜੋ ਮਜ਼ਦੂਰ ਭਾਈ ਥੇ ਉਨ੍ਹੋਂਨੇ ਲਾ ਕੇ ਯਹਾਂ ਪੇ ਐਡਮਿਟ ਕਰਵਾਏ ਹੈਂ। ਤੋ ਕਹਾਂ ਕੇ ਰਹਿਣੇ ਵਾਲੇ ਹੈਂ? ਬਿਹਾਰ ਕੇ ਰਹਿਣੇ ਵਾਲੇ ਹੈਂ। ਪੰਜਾਬ ਮੇਂ ਕਾਮ ਪੇ ਕਰੋ? ਪੰਜਾਬ ਮੇਂ ਗੈਸਪੁਰੇ ਜੀ। ਸਾਥ ਮੇਂ ਕੌਨ ਕੌਨ ਥਾ ਉਨਕੇ ਸਾਥ? ਸਾਥ ਉਨਕੇ ਤੋ ਬਸ ਮੈਂ ਹੂੰ, ਉਸਕੀ ਮੰਮੀ ਹੈ ਔਰ ਉਸਕੀ ਬਹਿਨ ਥੀ। ਚੋਟ ਕਿਸ ਕਿਸ ਕੋ ਲਗੀ ਹੈ? ਚੋਟ ਇਸਕੇ ਭਾਂਜੇ ਕੇ ਲਗੇ ਹੈਂ ਔਰ ਇਸਕੇ ਵੀ ਲਗੇ ਹੈਂ। ਲੜਕੀ ਕੋ ਔਰ ਭਾਂਜੇ ਕੋ ਕਿਤਨੀ ਲਗੀ ਹੈ? ਭਾਂਜੇ ਕੋ ਤੋ ਥੋੜਾ ਲਗੇ ਹੈ, ਸਰ ਮੇਂ ਲਗੇ ਹੈਂ, ਪਤਾ ਨਹੀਂ ਅੰਦਰ ਸਕੈਨ ਕਰਾਨੇ ਸੋ ਪਤਾ ਲਗੇਗਾ ਕਿ ਜ਼ਿਆਦਾ ਹੈ ਯਾ ਕਮ ਹੈ। ਰਾਜਵੀਰ। ਕਿਤਨੀ ਉਮਰ ਹੈ ਬੱਚੇ ਦੀ? 3.5 ਸਾਲ ਜੀ। ਹਾਂ। ਔਰ ਇਨਕਾ ਕੀ ਨਾਮ ਹੈ? ਇਨਕਾ ਨੇਹਾ ਨਾਮ, ਆਰਤੀ ਨਾਮ। ਇਨਕੀ ਕਿਤਨੀ ਉਮਰ ਹੈ? 18 ਸਾਲ। ਇਨਕਾ ਕੀ ਲਗਤਾ ਹੈ? ਭਾਂਜਾ। ਹਾਂ। ਖੰਨਾ ਮੇਂ ਆਏ ਥੇ? ਹਾਂ ਜੀ। ਘੁੰਮਨੇ ਆਏ ਥੇ ਖਾਟੂ ਸ਼ਾਮ। ਔਰ ਕੈਸੀ ਹਾਲਤ ਇਨਕੀ? ਇਨਕੇ ਤੋ ਅਭੀ ਟਾਕਾ ਟੁਕੇ ਲਗਾ ਦੀਏ ਹੈ, ਤੋ ਅਬ ਬੋਲ ਰਹੇ ਹੈ ਜਬ ਪੀ ਜੀ ਆਈ ਲੈ ਜਾਣੇ ਕੇ ਲੀਏ, ਅਬ ਵਹਾਂ ਜਾਣੇ ਕੇ ਬਾਅਦ ਪਤਾ ਚਲੇਗਾ ਕਿ ਕਿਆ ਹੋਤੇ ਹੈ। ਖੰਨਾ ਮੇਂ ਕਹਾਂ ਪਰ ਉਤਰ ਰਹੇ ਥੇ ਆਪ? ਖੰਨਾ ਪੇ ਉਤਰੇ ਥੇ ਹਮ ਲੋਗ ਬੱਸ ਸਟੈਂਡ, ਵਹਾਂ ਸੇ ਫਿਰ ਆਪਣੇ ਗੈਸਪੁਰੇ ਕੇ ਬੱਸ ਲੈਣਾ ਥਾ, ਤੋ ਬੱਸ ਵਾਲੇ ਸਰਕਾਰੀ ਬੱਸ ਥੇ, ਤੋ ਰੋਕੇ ਨਹੀਂ, ਇਹ ਚੜ ਗਈ ਥੀ ਲੜਕੀ ਅਕੇਲੇ। ਜੀ ਨਹੀਂ, ਸ਼ਾਦੀ ਸ਼ੁਦਾ ਨਹੀਂ ਹੈ, ਜੋਬ ਕਰਦੀ ਥੀ ਹੀਰੋ ਮੈਂ, ਅਭੀ ਆਈ ਥੀ ਘੁੰਮਨੇ ਕੇ, ਹਮਨੇ ਖਾਟੂ ਸ਼ਾਮ ਜਾਣਾ।
ਕਹਾਂ ਕੌਨ ਸੀ ਕੰਪਨੀ ਮੇਂ ਜੌਬ ਕਰਤੀ ਥੀ ਹੀਰੋ ਮੇਂ ਹੀਰੋ ਇਹ ਸਾਡੀ ਐਮਰਜੈਂਸੀ 'ਚ ਪੇਸ਼ੈਂਟ ਆਇਆ ਹੈ ਇੱਕ ਲੇਡੀ ਹੈ ਉਹਦੇ ਨਾਲ ਇੱਕ ਬੱਚਾ ਸੀ ਇਹ ਕਹਿੰਦੇ ਵੀ ਅਸੀਂ ਬੱਸ 'ਚੋਂ ਗਿਰ ਗਏ ਹਾਂ ਅਤੇ ਬੱਸ 'ਚ ਗਿਰਨ ਕਰਕੇ ਇਹਨਾਂ ਦੇ ਸੱਟਾਂ ਲੱਗੀਆਂ ਜਿਹੜੇ ਆਲੇ ਦੁਆਲੇ ਦੇ ਲੋਕ ਸੀਗੇ ਉਹ ਇਹਨਾਂ ਨੂੰ ਐਮਰਜੈਂਸੀ 'ਚ ਲੈ ਕੇ ਆਏ ਕੀ ਨਾਮ ਕੀ ਹੈ ਲੇਡੀ ਦਾ ਨਾਮ ਆਰਤੀ ਹੈ ਅਤੇ ਉਹਨਾਂ ਨਾਲ ਇੱਕ ਬੱਚਾ ਸੀ ਜਿਹੜਾ ਕਿ ਉਹਨਾਂ ਦਾ ਭਾਣਜਾ ਉਹਦਾ ਨਾਮ ਰਾਜਵੀਰ ਸਿੰਘ ਹੈ ਅਤੇ ਕਿੱਦਾਂ ਦੀ ਹਾਲਤ ਹਾਲਤ ਉੱਦਾਂ ਤਾਂ ਪੇਸ਼ੈਂਟ ਸਟੇਬਲ ਨੇ ਬਟ ਇਹ ਹੈ ਕਿ ਸੱਟ ਥੋੜ੍ਹੀ ਜਿਹੀ ਮੂੰਹ 'ਤੇ ਜ਼ਿਆਦਾ ਹੋਣ ਕਰਕੇ ਲੇਡੀ ਦੇ ਉਹਨੂੰ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ